ਗੁਰਦੁਆਰਾ ਚੀਜ਼ਗਨ ਸਾਹਿਬ ਨੇੜੇ ਚੱਲ ਰਿਹਾ ਇਸ ਗੁਰੂ ਦੇ ਲੰਗਰ ਵਿੱਚ ਹਜ਼ਾਰਾਂ ਭੁੱਖਿਆਂ ਦਾ ਢਿੱਡ ਭਰਿਆ ਜਾ ਰਿਹਾ ਹੈ 7 ਤੋਂ 8000 ਬੰਦਾ ਇੱਥੇ ਰੋਜ਼ਾਨਾ ਲੰਗਰ ਚੱਕ ਰਿਹਾ ਹੈ ਅਤੇ ਕਮਲਜੀਤ ਸਿੰਘ ਹੁਰਾਂ ਦੀ ਅਗਵਾਈ ਵਿੱਚ ਸਿੱਖ ਨੌਜਵਾਨਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਇੱਥੇ ਭੁੱਖੇ ਪਿਆਸੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਮਕਸਦ ਸਿਰਫ ਇੱਕ ਹੀ ਹੈ ਕਿ ਕੋਈ ਵੀ ਇਨਸਾਨ ਇਸ ਵਿਪਤਾ ਦੀ ਘੜੀ ਵਿੱਚ ਭੁੱਖੇ ਢਿੱਡ ਨਾ ਸੋਵੇ ਕਰੋਨਾ ਵਾਇਰਸ ਦੇ ਪ੍ਰਕੋਪ ਦਰਮਿਆਨ ਜਿੱਥੇ ਮੰਤਰੀ ਸੰਤਰੀ ਕਿਤੇ ਲੱਭਿਆ ਨਹੀਂ ਨਜ਼ਰ ਆ ਰਹੇ ਦਫ਼ਤਰਾਂ ਘਰਾਂ ਚੋਂ ਹੀ ਫਰਮਾਨ ਜਾਰੀ ਕੀਤੇ ਜਾ ਰਹੇ ਹਨ ਹੱਥ ਜੋੜ ਲਾਕਡਾਊਨ ਦਾ ਹੁਕਮ ਸੁਣਾ ਮੁਲਕ ਦਾ ਹਾਕਮ ਪਰਦੇ ਦੇ ਪਿੱਛੇ ਚਲਾ ਗਿਆ ਇਸ ਗੱਲੋਂ ਬੇਖਬਰ ਕਿ ਲਾਕਡਾਊਨ ਤੋਂ ਬਾਅਦ ਰੋਜ਼ ਦਿਹਾੜੀ ਦਾ ਪੱਕਾ ਕਰਕੇ ਢਿੱਡ ਪਰਣ ਵਾਲੇ ਇਹਨਾਂ ਮਜ਼ਦੂਰਾਂ ਦੀ ਬਾਹ ਕੌਣ ਪੜੇਗਾ ਰੋਜ਼ ਦੀ ਕਮਾਈ ਨਾਲ ਰਾਤ ਨੂੰ ਰੋਟੀ ਟੁੱਕ ਦਾ ਡੰਗ ਸਾਰਨ ਵਾਲੇ ਇਹ ਮਜ਼ਦੂਰ ਇਹ ਗਰੀਬ ਇਸ ਘੜੀ ਖੁਦ ਨੂੰ ਬੇਸਹਾਰਾ ਸਮਝ ਰਹੇ ਹਨ ਇਸ ਵਿਪਤਾ ਦੀ ਘੜੀ ਵਿੱਚ ਇਹਨਾਂ ਦੀ ਬਾਹ ਕਾਲਸੀ ਨੇ ਫੜੀ ਹੈ ਕਮਲਜੀਤ ਸਿੰਘ ਹੂਰਾ ਦੀ ਅਗਵਾਈ ਵਿੱਚ ਉਹਨਾਂ ਦੀ ਜਥੇਬੰਦੀ ਦਿਨ ਰਾਤ ਇੱਥੇ ਜੁਟੀ ਹੈ ਅਤੇ ਰੋਜ਼ਾਨਾ ਇੱਥੇ 7 ਤੋਂ 8000 ਬੰਦਾ ਲੰਗਰ ਛਕ ਰਿਹਾ ਹੈ ਇਹਨਾਂ ਭੁੱਖਿਆਂ ਧਿਆਆਂ ਦੀ ਜ਼ੁਬਾਨ ਤੇ ਇਸ ਮੁਸੀਬਤ ਵਿੱਚ ਫਰਿਸ਼ਤਾ ਬਣ ਕੇ ਬੌੜੇ ਸਿੱਖ ਭਾਈਚਾਰੇ ਦੀ ਸਿਫਤ ਹੈ ਜਦੋਂ ਸਰਕਾਰਾਂ ਉਹਨਾਂ ਦਾ ਢਿੱਡ ਪਰੰਤੋਂ ਅਸਮਰੱਥ ਹਨ ਤਾਂ ਸਿੱਖ ਜਥੇਬੰਦੀਆਂ ਸੜਕਾਂ ਤੇ ਆਨਿਤਰੀਆਂ ਹਨ ਇਸ ਵੇਲੇ ਪ੍ਰਸ਼ਾਸਨ ਵੱਲੋਂ ਵੀ ਤੇ ਸੁਰੱਖਿਆ ਮਹਈਆ ਕਰਵਾਈ ਗਈ ਹੈ ਲੋਕਾਂ ਨੂੰ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣ ਅਤੇ ਆਪਣੀ ਲਾਈਨ ਵਿੱਚ ਖੜੋ ਕੇ ਹੀ ਆਪਣਾ ਖਾਣਾ ਲੈਣ ਲਈ ਬੀਐਸਐਫ ਦੇ ਜਵਾਨ ਇੱਥੇ ਦਿਨ ਰਾਤ ਨਾਧਨ ਇਹ ਗੁਰੂ ਘਰ ਲੰਗਰ ਹੈ ਜੋ ਵੀ ਭੁੱਖਾ ਆਵੇਗਾ ਉਹ ਖਾਲੀ ਢਿੱਡ ਨਹੀਂ ਮੁੜੇਗਾ ਇਹ ਸੰਸਥਾ ਸਮਾਜ ਸੇਵਾ ਲਈ ਪਿਛਲੇ ਲੰਬੇ ਸਮੇਂ ਤੋਂ ਸਰਗਰਮ ਹੈ ਵੀਰਜੀ ਦਾ ਡੇਰਾ ਨਾਮੀ ਇਸ ਸੰਸਥਾ ਦੀ ਸਥਾਪਨਾ ਸਰਦਾਰ ਤਰਲੋਚਨ ਸਿੰਘ ਹੁੜਾ ਨੇ ਕੀਤੀ ਸੀ ਜਿਸ ਨੂੰ ਹੁਣ ਉਹਨਾਂ ਦੇ ਸੁਪੁੱਤਰ ਪਰਮਜੀਤ ਸਿੰਘ ਪਨੇਸਰ ਅਤੇ ਕਮਲਜੀਤ ਸਿੰਘ ਹੁਰੀ ਚਲਾ ਰਹੇ ਹਨ ਇਸ ਸੰਸਥਾ ਵਿੱਚ ਵੱਡੀ ਗਿਣਤੀ ਵਿੱਚ ਹਰ ਉਮਰ ਦੇ ਵਲੰਟੀਅਰ ਹਨ ਇਹ ਇਕੱਲਾ ਚਾਂਦਨੀ ਚੌਕ ਹੀ ਨਹੀਂ ਉਹ ਦਿੱਲੀ ਦੇ ਛੇ ਵੱਖ-ਵੱਖ ਥਾਵਾਂ ਉੱਪਰ ਲੰਗਰ ਚਲਾ ਰਹੇ ਹਨ ਉਹ ਗਰੀਬ بے ਸਹਾਰਾ ਮਰੀਜ਼ਾਂ ਲਈ ਮੁਫਤ ਮੈਡੀਕਲ ਸੇਵਾ ਵੀ ਮੁਹੱਈਆ ਕਰਵਾਉਂਦੇ ਹਨ ਪਿਛਲੇ 30 ਸਾਲ ਤੋਂ ਸੇਵਾ ਦਾ ਸਿਸਲਾ ਨਿਰੰਤਰ ਜਾਰੀ ਹੈ ਬੇਸ਼ੱਕ ਇਸ ਮਹਾਮਾਰੀ ਦੌਰਾਨ ਲੰਗਰ ਛਕਣ ਵਾਲਿਆਂ ਦੀ ਗਿਣਤੀ ਪਹਿਲਾਂ ਨਾਲੋਂ ਵਧੀ ਹੈ ਤਾਂ ਇੰਤਜ਼ਾਮ ਵੀ ਉਸੇ ਹਿਸਾਬ ਨਾਲ ਬਦਲਿਆ ਗਏ ਨੇ ਤਾਂ ਜੋ ਕੋਈ ਵੀ ਆਸ ਲੈ ਕੇ ਆਵੇ ਉਹ ਭੁੱਖਾ ਟਿੱਡ ਇੱਥੋਂ ਨਾ ਜਾਵੇ